ਜਿੱਥੇ ਤੁਸੀਂ ਖੜੇ ਹੋ ਸੜਕ ਦੇ ਨੇੜੇ ਖੜੇ ਹੋ, ਤੁਸੀਂ ਤਕਰੀਬਨ ਇੱਥੇ ਰਹਿੰਦੇ ਹੋ, ਕਿੰਨੇ ਸਾਲ ਤੋਂ ਸੜਕ ਟੁੱਟੀ ਹੋਈ ਹੈ? ਇਹਨੂੰ ਬਾਈ ਜੀ ਘੱਟੋ ਘੱਟ 5-4 ਸਾਲ ਹੋ ਗਏ ਟੁੱਟੀ ਨੂੰ ਜੀ, ਤੇ ਕੋਈ ਇਹਦੇ ਵੱਲ ਧਿਆਨ ਨਹੀਂ ਦੇ ਹੋ ਰਿਹਾ। ਆਹ ਤੁਸੀਂ ਮੇਰੀ ਬੈਕ ਸਾਈਡ ਦੇਖ ਰਹੇ ਹੋ ਕੀ ਹਾਲ ਹੈ। ਸੀਐਮ ਸਾਹਿਬ ਦਾ ਏਰੀਆ ਹੋਵੇ ਤੇ ਜਿਹੜੇ ਪੰਜਾਬ ਵਾਸਤੇ ਪੂਰੇ ਵੋਟਾਂ ਮੰਗਦੇ ਫਿਰਦੇ ਆ, ਤੇ ਆਪਣੇ ਹਲਕੇ ਦਾ ਉਹਨਾਂ ਕੋਲੋਂ ਹਾਲ ਵੇਖ ਲਓ ਕੀ ਹੋ ਰਿਹਾ। ਇੱਥੇ ਜੋ ਬੱਚੇ ITI ਹੈ ਬਿਲਕੁਲ ਨਜ਼ਦੀਕ, ਉਰੇ ਆ ਕੇ ਕੋਈ ਲੰਘ ਨਹੀਂ ਸਕਦਾ ਹੈਗਾ, ਇਹ ਹਾਲਾਤ ਬਣੇ ਹੋਏ। ਨਹੀਂ ਉਹਨਾਂ ਦਾ ਕਹਿਣਾ ਵੀ ਸਾਡੇ ਹਲਕੇ ਵਿੱਚ, ਅਸੀਂ ਮੈਂ ਪੰਜਾਬ ਦੇ ਵਿੱਚ 110 ਦਿਨਾਂ ਵਿੱਚ ਬਹੁਤ ਵਿਕਾਸ ਕੀਤਾ, ਤੁਸੀਂ ਤੁਹਾਡੇ ਸ਼ਹਿਰ ਦੇ ਵਿੱਚ ਵੀ ਇਦਾਂ ਵਿਕਾਸ ਹੋਇਆ? ਦੇਖੋ ਕਹਿਣ ਨੂੰ ਗੱਲਾਂ ਹੈ ਜੀ, ਕਹਿਣ ਨੂੰ ਤਾਂ ਉਹਨਾਂ ਨੂੰ 5 ਸਾਲ ਹੋ ਗਏ ਕਹਿੰਦੇ, ਇਹਨੂੰ ਘਰ ਘਰ ਨੌਕਰੀ ਸੀ, 2500 ਬੁਢਾਪਾ ਪੈਨਸ਼ਨ ਸੀ, ਤੇ ਕਰਜ਼ੇ ਦੇ ਮਾਫੀ ਦਾ ਸੀ, ਕਹਿਣ ਨੂੰ ਤਾਂ ਕਹੀ ਜਾਂਦੇ ਆ, ਪਰ ਜ਼ਮੀਨੀ ਤਾਂ ਕੁਛ ਨਹੀਂ ਦਿਖ ਰਿਹਾ ਜੀ। ਜ਼ਮੀਨ 'ਚ ਆਹ ਦੇਖੋ ਕਿਆ ਹਾਲ ਹੈਗੇ। ਹੁਣ ਤੁਹਾਡਾ ਕੀ ਵਿਚਾਰ ਹੈ ਅਗਲੀ ਪਾਰਟੀ 'ਚ ਕਿਹਨੂੰ ਲਿਆਉਣਾ ਚਾਹੁੰਦੇ ਹੋ? ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਵੀ ਜਿਹੜੀ ਅਗਾਂਹ ਵੀ ਚੇਂਜ ਭਾਲਦੀ ਹਰ ਲੋਕ, ਜੋ ਵੀ ਅਸੀਂ ਦੇਖ ਰਹੇ ਇੱਥੇ, ਅਸੀਂ ਤਾਂ ਕਹਿੰਦੇ ਵੀ ਆਮ ਆਦਮੀ ਨੂੰ ਜਿਹੜਾ ਹੈਗਾ ਮੌਕਾ ਦੇਣਾ ਚਾਹੀਦਾ। ਹਾਂਜੀ, ਪਿਛਲੀ ਸਰਕਾਰ ਦੇ ਸਰ ਜੋ ਵਿਕਾਸ ਕਾਰਜ ਜਿੰਨੇ ਕੁ ਹੋਏ ਹਨ, ਤੁਸੀਂ ਉਹਨਾਂ ਤੋਂ ਕਿੰਨੇ ਕੁ ਸੰਤੁਸ਼ਟ ਹੋ? ਬਿਲਕੁਲ ਸੰਤੁਸ਼ਟੀ ਜੀ, ਕੋਈ ਵਿਕਾਸ ਕਾਰਜ ਨਹੀਂ ਹੈਗਾ। ਇਹ ਕੋਈ ਆਪਾਂ ਥੋੜੀ ਦੇਖ ਲਵੇ ਗਲੀਆਂ ਨਾਲੀਆਂ ਵਿਕਾਸ ਕਾਰਜ ਹੈ, ਐਜੂਕੇਸ਼ਨ ਹੈ, ਨਸ਼ਾ ਘਰ ਘਰ ਹੋਇਆ ਪਿਆ ਹੈਗਾ, ਹੈਲਥ ਦੇਖੋ, ਬਿਲਕੁਲ ਕੋਈ ਵਿਕਾਸ ਨਹੀਂ ਹੈਗਾ ਜੀ, ਇਹ ਨਹੀਂ ਕੋਈ ਵਿਕਾਸ ਹੈਗਾ ਜੀ। ਉਹਨਾਂ ਦਾ ਕਹਿਣਾ ਹੈ ਕਿ ਮੈਂ ਪਿੰਡਾਂ ਦੇ ਵਿੱਚ ਜੋ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਹਨ, ਸ਼ਹਿਰ ਜਿਸ ਤਰ੍ਹਾਂ ਕਿ ਮੋਰਿੰਡੇ ਸ਼ਹਿਰ ਨੂੰ ਵੀ ਲਗਭਗ 100 ਕਰੋੜ ਦਿੱਤਾ ਹੈ, ਤੁਸੀਂ ਉਸਦਾ ਕੋਈ ਤੁਹਾਨੂੰ ਵਿਕਾਸ ਦੇਖਣ ਨੂੰ ਮਿਲ ਰਿਹਾ ਹੈ ਇੰਨੇ ਪੈਸਿਆਂ ਦਾ? ਨਾ ਨਾ ਕੋਈ ਨਹੀਂ ਜੀ ਮਿਲ ਰਿਹਾ ਜੀ, ਬਿਲਕੁਲ ਨਹੀਂ ਮਿਲ ਰਿਹਾ ਹੈਗਾ। ਦੇਖੋ ਉਹ ਕੋਈ ਉਹਨਾਂ ਨੇ ਆਪਣੀ ਜੇਬ 'ਚੋਂ ਨਹੀਂ ਦਿੱਤਾ ਹੈਗਾ, ਇਹ ਹਰ ਇੱਕ ਸਰਕਾਰ ਦਾ ਹੀ ਕੰਮ ਹੈਗਾ ਵੀ ਆਹ ਪੁਲ ਬਣਾ ਤੇ ਜਾਂ ਉਹ ਬਣਾ ਦੇ, ਉਹ ਤਾਂ ਬਸ ਹਵਾ ਦੀਆਂ ਗੱਲਾਂ ਕਰੀ ਜਾਂਦੇ ਜੀ। ਧੰਨਵਾਦ ਸਰ, ਤੁਸੀਂ ਕਿੱਥੇ ਤੋਂ ਆ ਰਹੇ ਹੋ? ਮੈਂ ਸਰ ਬਸੀ ਤੋਂ ਆ ਰਿਹਾ ਜੀ। ਇਹ ਜਿਹੜੀ ਸੜਕ ਹੈ ਇਹ ਕਿੰਨੇ ਸਮੇਂ ਤੋਂ ਖਰਾਬ ਹੈ ਜੀ? ਇਹ ਤਾਂ ਸਾਡੀ ਜਦ ਦੀ ਹੋ ਸੰਭਾਲੀ ਹੈ, ਬਸ ਥੋੜ੍ਹਾ ਚਿਰ ਬਣਦੀ ਹੈ ਜੀ, ਬਸ ਖਰਾਬ ਹੀ ਰਹਿੰਦੀ ਹੈ, ਜਿੰਨਾ ਜ਼ਿਆਦਾਤਰ ਖਰਾਬ ਹੀ ਰਹੀ ਹੈ ਜੀ। ਤੁਸੀਂ ਜਿਹੜਾ ਇਹ ਸਫ਼ਰ ਹੁਣ ਕਿੰਨੇ ਸਮੇਂ ਵਿੱਚ ਤੈਅ ਕਰਕੇ ਆਏ ਹੋ ਆਮ ਨਾਰਮਲ ਸੜਕਾਂ ਨਾਲੋਂ ਕਿੰਨਾ? ਆਹ 2-3 ਕਿਲੋਮੀਟਰ ਪਿੱਛੇ, 4 ਕਿਲੋਮੀਟਰ ਜਿਹੜੀ ਫਤਿਹਗੜ੍ਹ ਸਾਹਿਬ ਤੋਂ ਪਰੇ ਪਰੇ ਜਾ, ਉਹ ਤਾਂ ਠੀਕ ਹੈ ਜੀ। ਰੋਪੜ ਜ਼ਿਲ੍ਹੇ 'ਚ ਜਿਹੜੀ ਐਂਟਰ ਹੋ ਜਾਈਦਾ ਜੀ ਬੜੀ ਨਹਿਰ ਤੋਂ ਇੱਧਰਲੇ ਪਾਸੇ, ਇਹਨੂੰ ਆਉਂਦੇ ਆਉਂਦੇ ਮੈਨੂੰ 40-45 ਮਿੰਟ ਲੱਗ ਗਏ ਜੀ, 4-5 ਕਿਲੋਮੀਟਰ ਦਾ ਰਾਹ ਹੈ ਜੀ ਇਹ। ਜਿਸ ਤਰ੍ਹਾਂ ਸਰ 2022 ਵਿੱਚ ਹੁਣ ਵਿਧਾਨ ਸਭਾ ਦੀਆਂ ਚੋਣ ਆ ਰਹੀਆਂ ਹਨ, ਤੁਸੀਂ ਜਿਹੜੀ ਕਿਸ ਤਰ੍ਹਾਂ ਦੀ ਸਰਕਾਰ ਹੈ ਜੋ ਚੁਣਨੀ ਪਸੰਦ ਕਰੋਗੇ? ਅੱਜ ਤਾਂ ਸਰ ਉਹ ਸਰਕਾਰ ਚੁਣਨੀ ਹੈ ਜਿਹੜੀ ਵੀ ਲੋਕਾਂ ਦਾ ਵਿਕਾਸ ਕਰੇ, ਸੜਕਾਂ ਦਾ ਵਿਕਾਸ ਕਰੇ ਜੀ, ਐਜੂਕੇਸ਼ਨ ਦੇਵੇ, ਵਧੀਆ ਸਿਸਟਮ ਰੱਖੇ ਜੀ। ਅੱਜ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਚੁਣਾਂਗੇ ਜੀ, ਅੱਗੇ 2 ਸਰਕਾਰਾਂ ਦੇਖ ਲਈਆਂ ਜੀ ਹੁਣ। ਪਹਿਲੀ ਸਰਕਾਰ ਦੇ ਜੋ ਵਿਕਾਸ ਸੀ ਕਾਂਗਰਸ ਸਰਕਾਰ ਦੇ ਉਰਦੇ, ਉਸ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ? ਅਸੀਂ ਨਹੀਂ ਜੀ, ਅਸੀਂ ਕਾਂਗਰਸ ਸਰਕਾਰ ਵੀ ਬਹੁਤ ਵਾਰੀ ਬਣਾ ਕੇ ਦੇਖ ਲਈ ਜੀ, ਆਪਣੇ ਹਲਕੇ ਦੇ ਸਾਡੇ ਸੀਐਮ ਸਾਹਿਬ ਨੇ ਜੀ, ਤਾਂ ਵੀ ਕੋਈ ਵਿਕਾਸ ਨਹੀਂ ਹੋਇਆ ਜੀ ਇੱਧਰ ਦਾ ਜੀ। ਧੰਨਵਾਦ। ਹਾਂਜੀ, ਮਿਹਰਬਾਨੀ। ਤੁਹਾਨੂੰ ਕੀ ਦਿੱਕਤ ਆ ਰਹੀ ਹੈ? ਭਾਜੀ ਪਿਛਲੇ ਕਾਫੀ ਸਾਲਾਂ ਤੋਂ ਹੀ ਆਹ ਟੁੱਟੀ ਪਈ ਆ ਸੜਕ, ਆਪਣਾ ਡੇਲੀ ਦਾ ਆਣਾ ਜਾਣਾ ਜੀ ਉਰੇ ਤੋਂ, ਬੜੀ ਮੁਸ਼ਕਲਾਂ ਹੁੰਦੀਆਂ। ਰਾਤ ਨੂੰ ਤਾਂ ਜੀ ਇੰਨੇ ਟੋਏ ਟੱਪੇ ਦਿਖਦੇ ਆ ਉਰੇ ਜੀ, ਔਰ ਲੰਘਿਆ ਨਹੀਂ ਜਾਂਦਾ ਜੀ ਰਾਤ ਨੂੰ ਤਾਂ, ਅੱਡੇ ਵੱਡੇ ਵੱਡੇ ਟਰੱਕ ਉਰੇ, 2-3 ਦਿਨ ਬਾਅਦ ਨਵਾਂ ਹੀ ਕੋਈ ਐਕਸੀਡੈਂਟ ਹੋਇਆ ਹੀ ਰਹਿੰਦਾ, ਕਦੀ ਗੱਡੀ ਭੰਨੀ ਹੁੰਦੀ ਹੈ, ਕਦੀ ਕੋਈ ਮੋਟਰਸਾਈਕਲ ਵਾਲੇ ਸੱਟਾਂ ਵੱਜਦੀਆਂ। ਸੜਕ ਦਾ ਬਹੁਤ ਬੁਰਾ ਹਾਲ ਆ, ਤੁਸੀਂ ਦੇਖ ਲਿਆ ਜਿਵੇਂ ਮੀਂਹ ਪਾਣੀ ਦੇ ਵਿੱਚ ਤਾਂ ਅੱਡੇ ਅੱਡੇ ਟੋਏ ਬਣ ਜਾਂਦੇ ਆ ਉਰੇ, ਪਾਣੀ ਕੱਢਣਾ ਵੀ ਔਖਾ ਹੋ ਜਾਂਦਾ, ਹਫ਼ਤਾ ਹਫ਼ਤਾ 10 ਦਿਨ ਲੱਗ ਜਾਂਦੇ ਆ ਜੀ। ਕਿੰਨਾ ਲੰਬਾ ਸਮਾਂ ਹੋ ਗਿਆ ਸੜਕ ਟੁੱਟੀ ਨੂੰ? ਭਾਜੀ ਪਿਛਲੇ 5 ਸਾਲ ਤੋਂ ਇੱਕ ਵਾਰੀ ਆਹ ਬਣੀ ਸੀਗੀ, ਮਟੀਰੀਅਲ ਐਵੇਂ ਦਾ ਹੀ ਪਾਇਆ, ਉਸ ਤੋਂ ਬਾਅਦ 2 ਮਹੀਨਿਆਂ ਬਾਅਦ ਫਿਰ ਭਾਜੀ ਟੁੱਟ ਗਈ ਆਹ ਸੜਕ। ਸਰਕਾਰ ਤੋਂ ਕੀ ਮੰਗ ਕਰਦੇ ਆ? ਆਹੀ ਮੰਗ ਕਰਦੇ ਆ ਜੀ ਵੀ ਜਲਦ ਤੋਂ ਜਲਦ ਵੀ ਸੜਕ ਆਹ ਬਣ ਜਾਵੇ, ਸਾਨੂੰ ਆਉਣਾ ਜਾਣ 'ਚ ਕੋਈ ਦਿੱਕਤ ਨਾ ਹੋਵੇ ਜੀ, ਦਿਨ ਰਾਤ ਅਸੀਂ ਆ ਸਕੀਏ ਉਰੇ ਤੋਂ ਲੰਘ ਸਕੀਏ। ਜਿਸ ਤਰ੍ਹਾਂ ਕਿ 2022 ਦੀਆਂ ਜੋ ਚੋਣਾਂ ਆ ਰਹੀਆਂ ਹਨ, ਤੁਸੀਂ ਕਿਹੜੀ ਸਰਕਾਰ ਹੈ ਜੋ ਚੁਣਨੀ ਪਸੰਦ ਕਰੋਗੇ? ਭਾਜੀ ਅਸੀਂ ਚੁਣਨੀ ਕਰਾਂਗੇ ਜੀ ਜਿਵੇਂ ਆਮ ਆਦਮੀ ਪਾਰਟੀ ਹੈ ਜੀ। ਦੇਖੋ ਹੁਣ ਦਿੱਲੀ ਦੇ ਵਿੱਚ ਕਾਫੀ ਵਿਕਾਸ ਕਰੇ ਆ ਜੀ, ਜਿਵੇਂ ਸਕੂਲ ਹੋ ਗਏ, ਹਸਪਤਾਲ ਹੋ ਗਏ, ਕਾਫੀ ਉਹਦੇ ਵਿੱਚ ਉਹਨਾਂ ਨੇ ਵਧੀਆ ਬਣਾਤੇ ਉਹਨਾਂ ਨੇ ਦਿੱਲੀ ਦੇ ਵਿੱਚ, ਉਰੇ ਵੀ ਅਸੀਂ ਆਹੀ ਚਾਹੁੰਦੇ ਵੀ ਇੱਕ ਮੌਕਾ ਉਹਨਾਂ ਨੂੰ ਦੇ ਕੇ ਦੇਖੀਏ ਅਸੀਂ ਆਮ ਆਦਮੀ ਪਾਰਟੀ ਨੂੰ, ਵੀ ਸਾਡਾ ਜਲਦ ਤੋਂ ਜਲਦ ਸਾਡਾ ਕੋਈ ਨਿਰਮਾਣ ਕਰੇ, ਸਾਡੇ ਪੰਜਾਬ ਦੇ ਵਿੱਚ ਵਿਕਾਸ ਹੋਵੇ ਸਾਡਾ ਕੋਈ ਵੱਧ ਤੋਂ ਵੱਧ। ਧੰਨਵਾਦ। ਠੀਕ ਹੈ, ਇਹ ਪਿਛਲੇ ਸਮੇਂ ਵਿੱਚ ਕਿੰਨਾ ਕੁ ਵਿਕਾਸ ਹੋਇਆ? ਕੁਛ ਨਹੀਂ ਹੋਇਆ ਜੀ, ਇੱਥੇ ਉਹੀ ਕੁਛ ਆ, ਇੱਥੇ ਮਿੱਟੀ ਬਹੁਤ ਪ੍ਰੋਬਲਮ ਹੋ ਰਹੀ ਸਭ ਨੂੰ, ਜਿਹੜੇ ਤੁਰ ਕੇ ਆਉਂਦੇ ਉਹਨਾਂ ਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਆ। ਅੱਛਾ, ਜੇ ਹੁਣ ਜਿਸ ਤਰ੍ਹਾਂ ਕਿ ਆਉਣ ਵਾਲੀਆਂ ਚੁਣਾਵਾਂ 2022 ਦੇ ਵਿੱਚ, ਜਿਹੜੇ ਤੁਹਾਡਾ ਰੁਝਾਨ ਆ ਨੌਜਵਾਨ ਬੱਚਿਆਂ ਦਾ ਵੀ, ਉਹ ਕਿਹੜੀ ਪਾਰਟੀ ਦੇ ਵੱਲ ਆ, ਤੁਸੀਂ ਕਿਸ ਤਰ੍ਹਾਂ ਦੀ ਜੋ ਸਰਕਾਰ ਆ ਪਸੰਦ ਕਰੋਗੇ? ਸਾਡੇ ਵਾਸਤੇ ਤਾਂ ਆਹੀ ਵਧੀਆ ਵੀ, ਅਸੀਂ ਪੜ੍ਹ ਰਹੇ ਹਾਂ, ਸਾਨੂੰ ਜੋਬਸ ਮਿਲਣ, ਸਾਰੇ ਇੰਨੇ ਪੜੇ ਪੜੇ ਬੱਚੇ ਸਾਰੇ ਬੇਰੁਜ਼ਗਾਰ ਫਿਰ ਰਹੇ ਆ।
पिछली सरकार दे विच जो काम किए गए उन्होंने तो किन्ने संतुष्ट हो? मैं तो लगता नहीं कुछ किया है।